हमारे चैनल LF News 24 को सब्सक्राइब करें और बेल आइकन दबाएं ताकि आपको हमारी नोटिफिकेशन मिलती रहे। अपना ही कर दिया और वेख लो कि ओम प्रकाश सोनी जिहड़ा कि साढ़े सेंटर हल्के का एम एल ए है मौजूदा जिहड़ा कहिंदा डिप्टी सी एम बनिया इन्हां नूं एक गल पुछो कि 6 वारी तुहानूं इह जनता ने एम एल ए चुन के भेजिया इन्हां ने एक वारी भी असैंबली च क्वेश्चन पुट कीता कि साढ़े अमृतसर च कड़ी प्रॉब्लम है जे एजुकेशन दे मंत्री बने ਜੇਕਰ ਐਜੂਕੇਸ਼ਨ ਦਾ ਬੇੜਾ ਗਰਕ ਕਰਤਾ ਤੇ ਜੇ ਹੈਲਥ ਮਿਨਿਸਟਰ ਬਣੇ ਹਾਇਰ ਦੇ ਤੇ ਉੱਥੇ ਜਾ ਕੇ ਜਿਹੜੀਆਂ ਨਕਲੀ ਕਿੱਟਾਂ ਸਪਲਾਈ ਹੋਈਆਂ ਸੀ ਗੁਰੂ ਨਾਨਕ ਹਸਪਤਾਲ ਦੇ ਉਹਦੀ ਸ਼ਿਕਾਇਤ ਅਸੀਂ ਕੀਤੀ ਜਿਹੜੀ ਅੱਜ ਤੱਕ ਫੈਸਲਾ ਨਹੀਂ ਹੋ ਸਕਿਆ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਬਿਲਕੁਲ ਦੇਣਾ ਚਾਹੀਦਾ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਔਰ ਗਰੀਬ ਤਬਕੇ ਦੇ ਬੰਦਿਆਂ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਗਰੀਬੀ ਤੋਂ ਉੱਠ ਕੇ ਆਏਗਾ ਪੜ੍ਹਿਆ ਲਿਖਿਆ ਹੋਏਗਾ ਉਹ ਸਮਾਜ ਦੀ ਸੋਚ ਨੂੰ ਬਦਲੇਗਾ ਔਰ ਸਮਾਜ ਦੇ ਵਿੱਚ ਚੰਗੇ ਕੰਮ ਲਿਆਏਗਾ। ਗਰੀਬ ਪਾਰਟੀ ਜਿਹੜੀ ਹੈ ਬਣੀ ਨੂੰ ਹਲੇ 1 ਸਾਲ ਹੋਇਆ ਸਾਡੀ ਪਾਰਟੀ ਨੂੰ ਬਣਿਆ ਅਸੀਂ ਜਿਹੜੇ ਆ 9 ਕੈਂਡੀਡੇਟ ਆ ਸਾਰੇ ਗਰੀਬ ਤਬਕੇ ਤੋਂ ਕੀਤੇ ਆ ਜਿਸ ਤਰ੍ਹਾਂ ਕਿ ਮੈਂ ਵਾਂ ਮੈਂ ਇੱਕ ਸਾਧ ਦੇ ਘਰ ਜਨਮ ਲਿਆ ਤੇ ਸਾਧ ਦੇ ਘਰ ਦੀ ਜ਼ਿੰਦਗੀ ਮੇਰੀ ਸਾਰੇ ਸਮਾਜ ਨੂੰ ਪਤਾ ਕਿ ਕਿਸ ਤਰ੍ਹਾਂ ਮੈਂ ਜ਼ਿੰਦਗੀ ਬਿਤਾਈ ਹੈ ਔਰ ਕਿਸ ਤਰ੍ਹਾਂ ਮੈਂ ਬਤਾਨਾ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਚੌਕ ਸ਼ਰਦੀ ਨਗਰ ਖੁੱਲ੍ਹਾ ਦਰਬਾਰ ਲਾ ਕੇ ਬਹਿੰਦੇ ਹਾਂ ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਬਹਿੰਦੇ ਹਾਂ। ਉਸੇ ਤਰ੍ਹਾਂ ਹੀ ਅਸੀਂ ਅਜੇ ਕੁਮਾਰ ਚੀਨੂ ਜੀ ਨੂੰ ਖੇਮ ਕਰ ਲਿਆ ਉਹ ਵੀ ਮੱਧੇ ਵਰਗ ਦਾ ਬੱਚਾ ਔਰ ਹਮੇਸ਼ਾ ਹੀ ਉਹ ਲੋਕਾਂ ਦੀ ਲੜਾਈ ਦੇ ਵਿੱਚ ਹੀ ਪਿਆ ਰਹਿੰਦਾ ਤੇ ਲੋਕਾਂ ਕਰਕੇ ਹੀ ਉਹ ਤੇ ਪੁਲਿਸ ਨੇ ਮੁਕੱਦਮੇ ਵੀ ਦਰਜ ਕਰਾਏ ਪਰ ਉਹ ਉਲਟ ਜਿਹੜੇ ਆ ਸਰਕਾਰ ਨੂੰ ਪਏ ਜਿਹਦੇ ਵਿੱਚ ਉਹ ਥਾਣੇਦਾਰ ਨੇ ਜਿਹਨੇ ਗੋਲੀਆਂ ਤੇ ਕੈਂਪ ਰੱਖੇ ਸੀ ਉਹ ਡਿਸਮਿਸ ਹੋਇਆ ਉਹਨੂੰ ਪਰਚਾ ਉਸਦੇ ਉੱਤੇ ਆ ਜੇਲ੍ਹ ਦੇ ਵਿੱਚ ਰਿਹਾ। ਤੀਸਰਾ ਜਿਹੜਾ ਸਾਡੇ ਗੁਰਪ੍ਰੀਤ ਜੀ ਸਾਡੇ ਨਾਲ ਹੀ ਨੇ ਜਿਹੜੇ ਅਟਾਰੀ ਹਲਕੇ ਤੋਂ ਆ ਉਹ ਵੀ ਐਸਸੀ ਕੋਟੇ ਚੋਂ ਆਏ ਨੇ ਔਰ ਮੱਧੇ ਵਿਚਾਰਾ ਨੌਕਰੀ ਹੀ ਕਰਦਾ। ਜਿਹੜੇ ਚੌਥੇ ਜਿਹੜੇ ਆ ਰਾਗੀ ਜਿਹੜੇ ਆ ਜੀਰੇ ਤੋਂ ਅਸੀਂ ਖੜੇ ਕੀਤੇ ਆ ਉਹ ਰਮੇਸ਼ ਸਫਰ ਜੀ ਪੱਤਰਕਾਰ ਨੇ ਹਾਂਜੀ ਜਿਸ ਤਰ੍ਹਾਂ ਸੁੱਚਾ ਲਾਲ ਜੀ ਐਸ ਡੀ ਓ ਉਹ ਵੀ ਆਪਾਂ ਭਗਤਪੁਰ ਕੀ ਨਾਮ ਜੀ ਮੇਰਾ ਨਾਮ ਜੁਗਲ ਮਾਜ਼ਨ ਮੈਂ ਅੱਜ ਤੁਸੀਂ ਰੋਡ ਸ਼ੋਅ ਕੱਢ ਰਹੇ ਹੋ ਕੀ ਰੋਡ ਸ਼ੋਅ ਤੇ ਨਾਲ ਤੇ ਸਾਡਾ ਖੰਗਾੜਾ ਹੋਰ ਵਧਿਆ ਮਤਲਬ ਜਦੋਂ ਤੋਂ ਅਸੀਂ ਇਲੈਕਸ਼ਨ ਲੜ ਰਹੇ ਹਾਂ ਸਾਡੀ ਪਾਰਟੀ ਇਲੈਕਸ਼ਨ ਨੂੰ ਸਕਿੱਟ ਤੋਂ ਬਾਅਦ ਜਿੰਨੇ ਕੈਂਡੀਡੇਟ ਖੜੇ ਕੀਤੇ ਨੇ ਮਤਲਬ ਕਿ ਦੂਸਰੀਆਂ ਜਿਹੜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਜਿਹੜੀਆਂ 65 ਸਾਲ ਤੋਂ ਪੰਜਾਬ 'ਚ ਰਾਜ ਕਰ ਰਹੀਆਂ ਉਹਨਾਂ ਨੂੰ ਇੱਕ ਘਬਰਾਹਟ ਜੀ ਮਹਿਸੂਸ ਹੋਈ ਹੈ ਕਿ ਮਹੰਤ ਜੀ ਜਿਹੜੇ ਆ ਬਾਜ਼ਾਰ 'ਚ ਆ ਕੇ ਇਲੈਕਸ਼ਨ ਲੜ ਰਹੇ ਨੇ ਸਾਡੇ ਗੇਟ 'ਚ ਉਹਨਾਂ ਨੂੰ ਇਹ ਪਸੂੜੀ ਹੈ ਕਿ ਮਹੰਤ ਜੀ ਦੀ ਛਵੀ ਜਿਹੜੀ ਆ ਇੱਕ ਇਮਾਨਦਾਰ ਦੇ ਤੌਰ ਤੇ ਹੈ ਬੜਾ ਕੋਸ਼ਿਸ਼ ਕੀਤੀ ਹੈ ਪਰ ਅੱਜ ਕੱਲ੍ਹ ਜਿਹੜੇ ਇਮਾਨਦਾਰ ਲੋਕ ਹੈ ਉਹ ਪੈਸੇ ਵਾਲੇ ਦੀ ਤੇ ਗਰੀਬ ਦੀ ਆ ਅਸੀਂ ਗਰੀਬ ਆ ਨਾ ਕਿਸੇ ਕੋਲ ਪੈਸਾ ਲੈਂਦੇ ਆ ਨਾ ਕਿਸੇ ਨੂੰ ਦਿੰਦੇ ਆ ਲੋਕਾਂ ਕੋਲ ਜਿਹੜੇ ਦੂਸਰੇ ਕੈਂਡੀਡੇਟ ਲੜ ਰਹੇ ਨੇ ਉਹਨਾਂ ਕੋਲ 80 ਰੁਪਏ ਕਰੋੜਾਂ ਰੁਪਏ ਇਕੱਠੇ ਕੀਤੇ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਉਹਨਾਂ ਚੂਸ ਕੇ ਆਪਣੇ ਕੋਲ ਇਕੱਠੇ ਕੀਤੇ ਨੇ ਅਸੀਂ ਕਿਸੇ ਕੋਲ ਪੈਸਾ ਨਹੀਂ ਲਿੱਤਾ ਜਨਤਾ ਦੀ ਅਦਾਲਤ ਦੇ ਵਿੱਚ ਅਸੀਂ 24 ਘੰਟੇ ਹਾਜ਼ਰ ਹੁੰਦੇ ਹਾਂ ਕੋਈ ਇਹੋ ਜਿਹੀ ਅਦਾਲਤ ਨਹੀਂ ਜਨਤਾ ਫੈਸਲੇ ਦੇ ਕਿ ਸਾਈ ਮਨਜ਼ੂਰ ਕਰਾਂਗੇ ਅਸੀਂ ਮਨਜ਼ੂਰ ਕਰਕੇ ਅੱਗੇ ਉਸ ਨਾਲ ਜ਼ਿਆਦਾ ਕੰਮ ਲੋਕਾਂ ਦੇ ਕਰਾਂਗੇ ਕਿ ਲੱਖਾਂ ਨੂੰ ਇੱਕ ਵਾਰੀ ਜਾਗਰੂਕ ਕਰ ਦਈਏ ਕਿ ਇਮਾਨਦਾਰੀ ਜਿਹੜੀ ਹੈ ਸਦਾ ਕੰਮ ਆਉਂਦੀ ਹੈ ਗੁੰਡਾਗਰਦੀ ਜਿਹੜੀ ਕਦੀ ਕੰਮ ਨਹੀਂ।